हेलो सतकाल जी सारिया नू जय भलगो दो हेलो जय गुड मॉर्निंग असी चले हाँ जी पंजाब हूँ सवेर के बज गए छे तो असी घरों निकले सब 3 बजे हूँ असी थोड़ी देर तक मुजफ्फरनगर पहुँचने वाले हाँ तो हो जैब सुनाओ तो जैब मासा की सुती रस्ते थोड़ा जहा सुती सी तो फिर उठ के बह गई है चॉकलेट खाऊंगी लगी चॉकलेट लै दो चलो फिर अभी चलते हैं पूरे दिन का अपना सफर चलिए बाय बाय करते चलो चलिए ਇੱਥੇ ਆ ਗਏ ਸਾਂ ਜੀ ਰੈਸਟੋਰੈਂਟ ਵਿੱਚ ਕਿਉਂਕਿ ਅਸੀਂ ਕਰਨਾ ਸੀ ਬ੍ਰੇਕਫਾਸਟ ਅਤੇ ਸਵੇਰ ਦੇ ਛੇਤੀ ਨਿਕਲੇ ਹੋਏ ਸਾਂ ਅਤੇ ਇਸ ਕਰਕੇ ਬ੍ਰੇਕਫਾਸਟ ਨਹੀਂ ਕੀਤਾ ਤਾਂ ਵੇਖੋ ਜੈਪ ਕਿੱਦਾਂ ਸ਼ੋਰ ਮਜਾ ਆਉਂਦੀ ਆ ਅਤੇ ਚਾਹਦਾ ਕੀਰਤ ਅਤੇ ਨਾਲ ਕੀਰਤ ਦਾ ਮਾਮਾ ਵੀ ਆਇਆ ਆ ਕੀਰਤ ਉਹ ਕੀਰਤ ਵੇ ਲੱਗਾ ਮੀਨੂ ਪਰ ਅਸੀਂ ਦੀਨ ਨੂੰ ਵੀ ਨਾਲ ਲਏ ਸਾਂ ਕਿਉਂਕਿ ਡਰਾਈਵਿੰਗ ਕਰਨ ਵਾਸਤੇ ਸਤਵੰਤ ਨਾਲ ਇਸ ਕਰਕੇ ਹੁਣ ਦੇਖੋ ਹੁਣ ਜੈਪ ਲੱਗ ਗਈ ਤੇ ਬਾਅਦ ਇੰਨਾ ਮੀਂਹ ਲੱਗਾ ਹੈ ਨਾ ਕਿਤੇ ਤੇ ਬਸ ਹੁਣ ਅਸੀਂ ਉਹਦੇ ਦੇਤਾ ਅਤੇ ਹੁਣ ਅਸੀਂ ਬਵਾਂਗੇ ਆ ਗਿਆ ਸਾਡਾ ਪਰੌਂਠਾ ਅਤੇ ਹੁਣ ਅਸੀਂ ਕਰ ਲਈਏ ਬ੍ਰੇਕਫਾਸਟ ਦਾ ਅਚਾਰ ਅਤੇ ਨਾਲ ਮੰਗਾਵਾਂਗੇ ਚਾਹ ਅਤੇ ਇੱਧਰ ਅਤੇ ਅਸੀਂ ਕਰ ਲਈਏ ਬ੍ਰੇਕਫਾਸਟ ਜੈਪ ਨੇ ਵੇਖੋ ਕਿੱਦਾਂ ਸ਼ੋਰ ਮਚਾਇਆ ਹੈ ਬ੍ਰੇਕਫਾਸਟ ਕਰ ਲਈਏ ਅਤੇ ਜੈਪ ਨੇ ਖਾਲੀ ਬਟਰ ਹੀ ਖਾਣਾ ਹੈ ਗੀਰਤ ਬੀਤਾ ਹੋਇਆ ਆ ਚਲੋ ਬ੍ਰੇਕਫਾਸਟ ਕਰ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਅਸੀਂ ਬ੍ਰੇਕਫਾਸਟ ਕਰਕੇ ਹੁਣ ਅਸੀਂ ਚੱਲੇ ਹਾਂ ਅੱਗੇ ਜੈਪ ਨੇ ਬ੍ਰੇਕਫਾਸਟ ਕਰ ਲਿਆ ਤੇ ਜੈਪ ਨੇ ਹੁਣ ਖਾਣੀ ਆ ਚੋਕਲੇਟ ਇਸ ਕਰਕੇ ਜੈਪ ਦਾ ਮਾਮਾ ਜੈਪ ਚੋਕਲੇਟ ਲੈਣ ਗਿਆ ਆ ਹੈ ਤੇ ਚਾਹਦੇ ਗੀਰਤ ਨੇ ਕੁਛ ਵੀ ਨਹੀਂ ਖਾਧਾ ਅਸੀਂ ਅੱਗੇ ਚੱਲਾਂਗੇ ਚੱਲੀਏ ਫਿਰ ਹੈ ਤੇ ਬਾਅਦ ਅਜੇ ਵੀ ਇੰਨਾ ਮੀਂਹ ਲੱਗਾ ਹੋਇਆ ਹੈ ਨਾ ਅਜੇ ਵੀ ਮੀਂਹ ਪੈਣ ਦਿਆ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਚੱਲਦੇ ਆਪਾਂ ਅੱਗੇ ਕੀਰਤ ਵੀ ਨੀਨੀ ਕਰਨ ਦਿਆ ਤੇ ਉੱਧਰ ਜੈਪ ਵੇਖੋ ਕਿੱਦਾਂ ਚਾਦਰ ਲੈ ਕੇ ਪਈ ਆ ਜੀ ਤਾਂ ਜੈਪ ਗੁੱਸੇ ਹੋ ਗਈ ਆ ਓ ਵੇਖੋ ਜੈਪ ਗੁੱਸੇ ਹੋ ਗਈ ਆ ਵੀਰ ਨਾ ਮਾਰੀ ਬੱਚੇ ਤੇ ਅੱਗੇ ਆ 2 ਜਾਣੇ ਲੱਗੇ ਹੋਏ ਨੇ ਇੱਧਰ ਇੱਧਰ ਲੱਗੇ ਹੋਏ ਮਤਲਬ ਕੀ ਮਾਸਕ ਪਾ ਕੇ ਸੇਫਟੀ ਇਜ਼ ਫਸਟ ਸਹੀ ਹੈ ਲੱਗੇ ਤੋ ਕੋ ਸੁਣਾਓ ਨਵੀਂ ਤਾਜ਼ੀ ਤਰਨ ਬਣਾਉਂਦੇ ਆ ਪ੍ਰੋਗਰਾਮ ਲੇਹ ਲਦਾਖ ਜਾਣ ਦਾ ਸਕੂਟੀ ਤੇ ਤੇ ਪਿੱਛੇ ਬਹੂਗੀ ਜੈਪ ਤੇ ਜਿਹੜਾ ਪਹੁੰਚੇਗੀ ਕਮ ਸੇ ਕਮ 1.5 ਮਹੀਨੇ 'ਚ ਅਸੀਂ ਸੋਚਣ ਦੇ ਉਹਨੂੰ ਚਲੋ ਅਸੀਂ ਹੋਰ ਦੂਸਰੀ ਜਗ੍ਹਾ ਘੁੰਮ ਕੇ ਆ ਜਾਵਾਂਗੇ ਉੱਥੇ ਜਾ ਕੇ ਇਹਨੂੰ ਮਿਲ ਲਾਂਗੇ ਦੁਬਾਰਾ ਤੂੰ ਲੇਹ ਲਦਾਖ ਮੈਂ ਕਦੇ ਵੀ ਨਾ ਜਾਵਾਂ ਤੇ ਆਹ ਤੂੰ ਜੰਮੂ ਹੀ ਪਹੁੰਚ ਪਾਉਣਾ ਜਿੰਨਾ ਚਿਰ ਅਸੀਂ ਮੁੜ ਮੜ ਕੇ ਆ ਜਾਣਾ ਹੈ ਵੇਖੋ ਮੇਰੀ ਕਿਆ ਬੇਇੱਜ਼ਤੀ ਕੀਤੀ ਜਾਂਦੀ ਹੈ ਮੈਂ ਕਿਆ ਮੇਰੀ ਬੇਇੱਜ਼ਤੀ ਹੁੰਦੀ ਹੈ ਵੇਖੋ ਸਾਡਾ ਪ੍ਰੋਗਰਾਮ ਹੋ ਗਿਆ ਥੋੜ੍ਹਾ ਜਿਹਾ ਚੇਂਜ ਅਤੇ ਹੁਣ ਅਸੀਂ ਪ੍ਰੋਗਰਾਮ ਬਣਾ ਲਿਆ ਡਾਇਰੈਕਟ ਜੰਮੂ ਜਾਣ ਦਾ ਪਹਿਲਾਂ ਅਸੀਂ ਸੋਚਿਆ ਸੀ ਕਿ ਅਸੀਂ ਪੰਜਾਬ ਜਾਵਾਂਗੇ ਅੰਮ੍ਰਿਤਸਰ ਗੁਰਦੁਆਰੇ ਅਤੇ ਉੱਥੇ ਕੁਛ ਦਿਨ ਰੋਕੇ ਅਤੇ ਫਿਰ ਅਸੀਂ ਇੱਕ ਅੱਧੇ ਦਿਨ ਵਾਸਤੇ ਪੰਜਾਬ ਜਾਵਾਂਗੇ ਪਰ ਹੁਣ ਅਸੀਂ ਚੱਲੇ ਹਾਂ ਡਾਇਰੈਕਟ ਜੰਮੂ ਅਤੇ ਉੱਥੋਂ ਫਿਰ ਵਾਪਸ ਅਸੀਂ ਅੰਮ੍ਰਿਤਸਰ ਆਵਾਂਗੇ ਅਤੇ ਬਾਅਦ ਸਵੇਰ ਦਾ ਇੰਨਾ ਮੀਂਹ ਲੱਗਿਆ ਹੋਇਆ ਹੈ ਨਾ ਅਤੇ ਦੇਖੋ ਹੁਣ ਆ ਗਏ ਇੱਥੇ ਅਸੀਂ ਪੀਜ਼ਾ ਜੈਪ ਕੀ ਚਾਹੀਦਾ ਜੈਪ ਨੂੰ ਕੀਰਤ ਵੀ ਲੱਗਾ ਖਾਂ ਇਹਨੂੰ ਕਿੰਨਾ ਮਜ਼ਾ ਆਉਂਦਾ ਜੈਪ ਇੱਧਰ ਵੱਗ ਕੀਰਤ
टेस्ट लेकिन दे फिर कहता वो किने हाथ मारन दे मैं किता खा लो मेरा बच्चा खा वे इधर आ एक मैं ही इन्नी शरीफ हाँ जी बेचारी कुछ नहीं खान दी तीन स्लाइस खा के कुछ खा नहीं दी कि एक भी नहीं खाधी मैं वैसे और एक सारी इन्होंने फिनिश करती है असीं पठानकोट पहुँच गए थोड़ी देर इतने असी लखनपुर बॉर्डर से पहुँचने वाले हाँ बाबू ने एक नया गाना लगाया है आए जी लखनपुर का बादल आए जी लखनपुर का बादल इतने होने जी करोना का टेस्ट क्योंकि असी प्रोग्राम बनाया सी जम्मू जान का तो इस करके इतने हम टेस्ट कराया जान एक आ गया जी मेरी तो आ गई है हम साढ़े बजे आने बाकी है किन्नी भीड़ है इतने तो मेरी तो आ गई सतवंत की तो दीन की आनी बाकी आ फिर असी अगे चलोंगे हाँ तो जैप न तो कीरत को असी गद्दी बंद किया वेखो हाँ इतने की किया जान दिया कि बाया बेचारे ने उत्ते घिरा गए तो दीन गया हो रिपोर्ट्स लैन तो इधर सतवंत के काम वेख लो इधर वे दीन लगा हुआ उत्थे ओ दीन लगा हुआ रिपोर्ट्स लैन टेस्ट आ गए हो गए रिपोर्ट्स मिल गई सदा पूरा जैब नू खान दी पई है बस जैब का भी करवाना चाहिए जैब बच्चे का नहीं करते ना जैब का भी करवाए आप चले अगे चलो चलते हैं फिर इतने चैकिंग हो गए तो हम इतों असं चलोंगे अगे हाँ इतने सब दे पास वेखन देने रिपोर्ट टेस्ट दिया सब दिपोर्ट चेक हो के सादिया रिपोर्ट सादे को हम असं इतने विखा के फिर असं इतों चलोंगे अगे और लखनपुर का दोबारा करवाना पैना है वापसी आ जाएंगे वापसी बच नहीं वापसी बच नहीं भेजते खाली जान लगे अच्छा चलो हम असि अगे चलिए चलिए इत्थे लखनपुर पहुँचदे ही साडे फोन बंद हो चुके ने साडियां सिमां बंद हो गईयां ने ते इत्थे खाली पोस्टपेड ही चलदे ने जिहदे पोस्टपेड सिम होए उह सतवंत दी आ खाली सतवंत दी चलूगी साडे बंद हो गए ने फोन असीं जम्मू दे विच एंट्री कर ली आ तां जम्मू च एंट्री करदे इस बन्ने सारे आर्मी दे कैंप्स ने इतने काफ़ी आर्मी होंगी है जम्मू कश्मीर में सब बेस बने जिन्ना भी एरिया सब आर्मी का इतने सब आर्मी का असि इतने पहुँच गए छे एक बजे का ते असी नहा धो के फ्रैश हो गए हैं गुरुद्वारे मत्था टेक के आया ते जैप गई सी मत्था टेकन चलो असी इन्ने थक गए सा हुण असी थोड़ी देर रेस्ट करांगे ते जैप ने बस किंडर जोए खाना है किंडर जोए खाना है हुण असी थल्ले चलने हैं जैप नूं किंडर जोए लैके देन गुरुद्वारे वो असी गद्दी खिलारी Good, good, good.